मानसा खुर्द दे विच चोण रद्द हुई है। इस तो कुछ समा पहला चोण है जिहड़ी शुरू हुई सी, परंतु बैलट पेपरां दे विच गड़बड़ी नूं लैके पिंड वासियां दा रोस सी, जिस नूं लैके जो शिकायत की गई तो प्रशासन नूं कहा गया कि चोण मुलतवी की जाए। फिलहाल चोण है जिहड़ी एक बार मुलतवी कर दित्ती है ते नवीं तरीकां दा ऐलान चोण कमिशन करेगा। 2 घंटे चोण चलती रही, इस तों बाद जदों बैलट पेपर दे विच देखिया गया तां जिहड़ा चोण बैल्ट पेपर सीगा उस दे विच गड़बड़ी पाई गई। फिलहाल जिहड़े टेंट लगे सी उतार रहे है ते जिहड़ी गहमां गहमी 1 महीने तो लगातार चल रही सी चुनावी उस नूं लैके, ते एक बार फिर चोण है जिहड़ी मानसा खुर्द दे विच प्रशासन वल्लों रद्द कीती गई है। साडे नाल पिंड दे कुछ लोक ने, नौजवान ने, उन्हां तों जाणदिआं बई जी की नाम है? मेरा नाम है नवजोत सिंह। की कारण हुई इत्थे जिहड़ी चोण है रद्द करती? इक वार इह बई सवेर तों वधिया शांतिपूर्ण चोण चल रही सीगी, ਜਿਵੇਂ ਆਪਣੇ ਆਮ ਪਿੰਡਾਂ ਦੇ ਸਧਾਰਨ ਲੋਕ ਹੁੰਦੇ ਆ। ਕਿਸੇ ਨੇ ਚੈੱਕ ਨਹੀਂ ਕੀਤਾ ਨਾਮ ਕੰਨੀ, ਅਸੀਂ ਹਜੇ ਖੁਦ ਵੋਟਾਂ ਪਾਈਆਂ ਨਹੀਂ ਸੀਗੀਆਂ, ਉਹ ਬਸ ਚੋਣ ਨਿਸ਼ਾਨ ਦੇਖ ਕੇ ਅਤੇ ਮੋਹਰ ਲਾ ਕੇ ਆ ਜਾਂਦੇ। ਫਿਰ ਇੱਕ ਬੰਦਾ ਗਿਆ, ਜਦੋਂ ਉਹਨੇ ਦੇਖਿਆ ਸਭ ਤੋਂ ਪਹਿਲਾਂ ਤਾਂ ਮੇਰਾ ਆ, ਮੈਂ ਪੰਚਾਇਤ ਮੈਂਬਰ ਹਾਂ, 7 ਵਾਰਡ ਨੰਬਰ 7 ਚੋਂ ਖੜ੍ਹਾ ਹੋਇਆ ਹੈਗਾ। ਉਹ ਮੇਰੇ ਬੈਲਟ ਪੇਪਰ 'ਤੇ ਮੇਰੇ ਨਾਮ ਦੀ ਥਾਂ 'ਤੇ ਮੇਰੇ ਫਾਦਰ ਸਾਹਿਬ ਦਾ ਨਾਮ ਲਿਖਿਆ ਪਿਆ। ਚੋਣ ਨਿਸ਼ਾਨ ਸਹੀ ਸੀਗਾ, ਪਰ ਜਦੋਂ ਦੂਜੇ ਪਾਸੇ ਸਰਪੰਚੀ ਵਾਲੇ ਬੈਲਟ ਪੇਪਰ ਦੇਖੇ, ਉਹਦੇ ਵਿੱਚ ਜੋ ਅਮਰਜੀਤ ਕੌਰ ਸੀਗੀ ਉਹਦਾ ਚੋਣ ਨਿਸ਼ਾਨ ਰੁੱਖ ਸੀਗਾ, ਅਮਨਦੀਪ ਕੌਰ ਸੀ ਉਹਦਾ ਚੋਣ ਨਿਸ਼ਾਨ ਹੈਗਾ ਸੀ ਟਰੈਕਟਰ, ਪਰ ਬੈਲਟ ਪੇਪਰ ਦੇ ਉੱਪਰ ਅਮਰਜੀਤ ਦਾ ਟਰੈਕਟਰ ਕਰਤਾ ਤੇ ਅਮਨਦੀਪ ਦਾ ਰੁੱਖ ਕਰਤਾ। ਉਹ ਜਦੋਂ ਚੋਣ ਨਿਸ਼ਾਨ ਉਲਟ ਪੁਲਟ ਹੋ ਗਏ, ਉਹ ਵੋਟਾਂ ਦਾ ਸਿਸਟਮ ਤਾਂ ਸਾਰਾ ਹਿੱਲੀ ਜਾਣਾ ਸੀਗਾ। ਉਸ ਤੋਂ ਬਾਅਦ ਚਲੋ ਪ੍ਰਸ਼ਾਸਨ ਨੂੰ ਫੋਨ ਕੀਤਾ, SDM ਸਾਹਿਬ ਆਏ ਤੇ ਜੋ ਗੱਲਬਾਤ ਹੋਈ ਉਹ ਕਹਿੰਦੇ ਵੀ ਚਲੋ ਇਹ ਸਰਪੰਚੀ ਤੇ ਜੋ ਇੱਕ ਮੇਰਾ ਵਾੜਾ ਚੱਕਰ ਸੀਗਾ, ਇਸ ਦੋ ਆਪਾਂ ਚੋਣਾਂ ਕੈਂਸਲ ਕਰ ਦਿੰਦੇ ਹਾਂ ਤੇ ਬਾਕੀ ਚੋਣਾਂ ਹੋਣ। ਪਰ ਬਾਅਦ 'ਚ ਜੋ ਫਿਰ ਪਿੰਡ ਵਾਲਿਆਂ ਨੇ ਰਾਏ ਕੀਤੀ, ਉਹਦੇ ਵਿੱਚ ਇਹੀ ਆਏ ਵੀ ਸਾਰੀਆਂ ਇਹੀ ਚੋਣਾਂ ਪਰ ਸੰਪੂਰਨ ਤੌਰ 'ਤੇ ਕੈਂਸਲ ਕੀਤੀਆਂ ਜਾਣ, ਕਿਉਂਕਿ ਕੁਛ ਕੁ ਲੋਕ ਵੋਟ ਪਾ ਕੇ ਪਾ ਚੁੱਕੇ ਸੀ, ਕਿਸੇ ਦੇ ਵਾਰਡ 'ਚੋਂ ਘੱਟ ਪਈ ਸੀ, ਕਿਸੇ 'ਚੋਂ ਵੱਧ ਪਈ ਸੀ, ਜੇ ਆਹ ਰੱਖਦੇ ਅੱਗੇ ਸ਼ਾਇਦ ਕੋਈ ਦਿੱਕਤ ਆਉਂਦੀ। ਸੋ ਇਸ ਕਰਕੇ ਪੂਰਨ ਤੌਰ 'ਤੇ ਬੰਦ ਕਰਤਾ। ਹੁਣ ਜੋ ਅੱਗੇ ਪ੍ਰਸ਼ਾਸਨ ਨਵੀਆਂ ਡੇਟਾਂ ਦੇਊਗਾ, ਜੋ ਜਿਸ ਤਰ੍ਹਾਂ ਵੀ ਹੋਊਗਾ, ਚਾਹੇ ਦੁਆਰੇ ਕਾਗਜ਼ ਭਰਨੇ ਪੈਣਗੇ, ਜੋ ਵੀ ਹੋਊਗਾ, ਹੁਣ ਉਸ ਚੀਜ਼ ਨੂੰ ਫੋਲੋ ਕਰਾਂਗੇ ਅਤੇ ਅੱਗੇ ਦੇਖਾਂਗੇ। ਅਤੇ ਬਾਕੀ ਇਹਦਾ ਗੱਲ ਹੀ ਹੁਣ ਪਈ ਆ, ਜੀ ਉਸ ਤੋਂ ਬਾਅਦ ਮੀਟਿੰਗ ਬੇਟਾ SDM ਸਾਹਿਬ ਨੂੰ, ਤਹਿਸੀਲਦਾਰ ਨੂੰ ਮਿਲਦੇ ਹਾਂ ਜੀ ਸਭ, ਅੱਗੇ ਜੋ ਹੋਊਗਾ ਫਿਰ ਦੇਖਾਂਗੇ। ਕੀ ਕਹੋਗੇ ਬਈ, ਦੋ ਘੰਟੇ ਆ ਜਿਹੜੀ ਚੋਣ ਚੱਲਦੀ ਰਹੀ, ਇਸ ਤੋਂ ਬਾਅਦ ਰੱਦ ਕਰਤੀ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਬੈਲਟ ਪੇਪਰ ਦਾ ਉਹ ਹੋਇਆ? ਨਾ ਬਾਈ ਜੀ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਨਾ ਹੀ ਸਾਨੂੰ ਸਵੇਰੇ ਬੈਲਟ ਪੇਪਰ ਦਿਖਾਇਆ ਗਿਆ। ਸਾਨੂੰ ਜੋ 2 ਘੰਟੇ ਬਾਅਦ ਜਦੋਂ ਅਸੀਂ ਇੱਕ ਸਾਡਾ ਬੰਦਾ ਕੋਈ ਵੋਟ ਪਾ ਕੇ ਗਿਆ ਤਾਂ ਉਹਨੇ ਬਾਹਰ ਜਾ ਕੇ ਜਦੋਂ ਸੂਚਿਤ ਕੀਤਾ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ। ਤੇ ਹੁਣ ਸਾਰੀ ਚੋਣ ਹੈ ਜਿਹੜੀ ਦੁਬਾਰਾ ਹੋਣੀ? ਹਾਂਜੀ ਹਾਂ, ਦੁਬਾਰਾ। ਬਿਲਕੁਲ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2 ਘੰਟੇ ਹੈ ਜਿਹੜੀ ਚੋਣ ਲਗਾਤਾਰ ਚੱਲਦੀ ਰਹੀ, ਜਦੋਂ ਇੱਕ ਵਿਅਕਤੀ ਨੂੰ ਪਤਾ ਲੱਗਿਆ ਕਿ ਬੈਲਟ ਪੇਪਰ ਦੇ ਵਿੱਚ ਗੜਬੜੀ ਹੈ ਤਾਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਚੋਣ ਇੱਕ ਵਾਰ ਹੈ ਜਿਹੜੀ ਮੁਲਤਵੀ ਕਰ ਦਿੱਤੀ ਤੇ ਹੁਣ ਦੁਬਾਰਾ ਤੋਂ ਨਵੀਆਂ ਤਰੀਕਾਂ ਦਾ ਐਲਾਨ ਹੋਵੇਗਾ। ਮਾਨਸਾ ਖੁਰਦ ਦੇ ਵਿੱਚ ਚੋਣ ਰੱਦ ਹੋਈ ਹੈ, ਇਸ ਤੋਂ ਕੁਛ ਸਮਾਂ ਪਹਿਲਾਂ ਚੋਣ ਹੈ ਜਿਹੜੀ ਸ਼ੁਰੂ ਹੋਈ ਸੀ, ਤੇ ਪਰੰਤੂ ਬੈਲਟ ਪੇਪਰਾਂ ਦੇ ਵਿੱਚ ਗੜਬੜੀ ਨੂੰ ਲੈ ਕੇ ਪਿੰਡ ਵਾਸੀਆਂ ਦਾ ਰੋਸ ਸੀ, ਜਿਸ ਨੂੰ ਲੈ ਕੇ ਜੋ ਸ਼ਿਕਾਇਤ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਚੋਣ ਮੁਲਤਵੀ ਕੀਤੀ ਜਾਵੇ। ਫਿਲਹਾਲ ਚੋਣ ਹੈ ਜਿਹੜੀ ਇੱਕ ਵਾਰ ਮੁਲਤਵੀ ਕਰ ਦਿੱਤੀ ਹੈ ਤੇ ਨਵੀਂ ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਕਰੇਗਾ। 2 ਘੰਟੇ ਚੋਣ ਚੱਲਦੀ ਰਹੀ, ਇਸ ਤੋਂ ਬਾਅਦ ਜਦੋਂ ਬੈਲਟ ਪੇਪਰ ਦੇ ਵਿੱਚ ਦੇਖਿਆ ਗਿਆ ਤਾਂ ਜਿਹੜਾ ਚੋਣ ਬੈਲਟ ਪੇਪਰ ਸੀਗਾ ਉਸ ਦੇ ਵਿੱਚ ਗੜਬੜੀ ਪਾਈ ਗਈ। ਫਿਲਹਾਲ ਜਿਹੜੇ ਟੈਂਟ ਲੱਗੇ ਸੀ ਉਤਾਰ ਰਹੇ ਹੈ ਤੇ ਜਿਹੜੀ ਗਹਿਮਾ ਗਹਿਮੀ 1 ਮਹੀਨੇ ਤੋਂ ਲਗਾਤਾਰ ਚੱਲ ਰਹੀ ਸੀ ਚੁਣਾਵੀ ਉਸ ਨੂੰ ਲੈ ਕੇ, ਤੇ ਇੱਕ ਵਾਰ ਫਿਰ ਚੋਣ ਹੈ ਜਿਹੜੀ ਮਾਨਸਾ ਖੁਰਦ ਦੇ ਵਿੱਚ ਪ੍ਰਸ਼ਾਸਨ ਵੱਲੋਂ ਰੱਦ ਕੀਤੀ ਗਈ ਹੈ। ਸਾਡੇ ਨਾਲ ਪਿੰਡ ਦੇ ਕੁਛ ਲੋਕ ਨੇ, ਨੌਜਵਾਨ ਨੇ, ਉਹਨਾਂ ਤੋਂ ਜਾਣਦੇ ਹਾਂ ਬਾਈ ਜੀ ਕੀ ਨਾਮ ਹੈ? ਮੇਰਾ ਨਾਮ ਹੈ ਨਵਜੋਤ ਸਿੰਘ। ਕੀ ਕਾਰਨ ਹੋਈ ਇੱਥੇ ਜਿਹੜੀ ਚੋਣ ਹੈ ਰੱਦ ਕਰਤੀ? ਇੱਕ ਵਾਰ ਇਹ ਬਾਈ ਸਵੇਰ ਤੋਂ ਵਧੀਆ ਸ਼ਾਂਤੀਪੂਰਨ ਚੋਣ ਚੱਲ ਰਹੀ ਸੀਗੀ, ਜਿਵੇਂ ਆਪਣੇ ਆਮ ਪਿੰਡਾਂ ਦੇ ਸਧਾਰਨ ਲੋਕ ਹੁੰਦੇ ਆ। ਕਿਸੇ ਨੇ ਚੈੱਕ ਨਹੀਂ ਕੀਤਾ ਨਾਮ ਕੰਨੀ, ਅਸੀਂ ਹਜੇ ਖੁਦ ਵੋਟਾਂ ਪਾਈਆਂ ਨਹੀਂ ਸੀਗੀਆਂ, ਉਹ ਬਸ ਚੋਣ ਨਿਸ਼ਾਨ ਦੇਖ ਕੇ ਅਤੇ ਮੋਹਰ ਲਾ ਕੇ ਆ ਜਾਂਦੇ। ਫਿਰ ਇੱਕ ਬੰਦਾ ਗਿਆ, ਜਦੋਂ ਉਹਨੇ ਦੇਖਿਆ ਸਭ ਤੋਂ ਪਹਿਲਾਂ ਤਾਂ ਮੇਰਾ ਆ, ਮੈਂ ਪੰਚਾਇਤ ਮੈਂਬਰ ਹਾਂ, 7 ਵਾਰਡ ਨੰਬਰ 7 ਚੋਂ ਖੜ੍ਹਾ ਹੋਇਆ ਹੈਗਾ। ਉਹ ਮੇਰੇ ਬੈਲਟ ਪੇਪਰ 'ਤੇ ਮੇਰੇ ਨਾਮ ਦੀ ਥਾਂ 'ਤੇ ਮੇਰੇ ਫਾਦਰ ਸਾਹਿਬ ਦਾ ਨਾਮ ਲਿਖਿਆ ਪਿਆ। ਚੋਣ ਨਿਸ਼ਾਨ ਸਹੀ ਸੀਗਾ, ਪਰ ਜਦੋਂ ਦੂਜੇ ਪਾਸੇ ਸਰਪੰਚੀ ਵਾਲੇ ਬੈਲਟ ਪੇਪਰ ਦੇਖੇ, ਉਹਦੇ ਵਿੱਚ ਜੋ ਅਮਰਜੀਤ ਕੌਰ ਸੀਗੀ ਉਹਦਾ ਚੋਣ ਨਿਸ਼ਾਨ ਰੁੱਖ ਸੀਗਾ, ਅਮਨਦੀਪ ਕੌਰ ਸੀ ਉਹਦਾ ਚੋਣ ਨਿਸ਼ਾਨ ਹੈਗਾ ਸੀ ਟਰੈਕਟਰ, ਪਰ ਬੈਲਟ ਪੇਪਰ ਦੇ ਉੱਪਰ ਅਮਰਜੀਤ ਦਾ ਟਰੈਕਟਰ ਕਰਤਾ ਤੇ ਅਮਨਦੀਪ ਦਾ ਰੁੱਖ ਕਰਤਾ। ਉਹ ਜਦੋਂ ਚੋਣ ਨਿਸ਼ਾਨ ਉਲਟ ਪੁਲਟ ਹੋ ਗਏ, ਉਹ ਵੋਟਾਂ ਦਾ ਸਿਸਟਮ ਤਾਂ ਸਾਰਾ ਹਿੱਲੀ ਜਾਣਾ ਸੀਗਾ। ਉਸ ਤੋਂ ਬਾਅਦ ਚਲੋ ਪ੍ਰਸ਼ਾਸਨ ਨੂੰ ਫੋਨ ਕੀਤਾ, SDM ਸਾਹਿਬ ਆਏ
जो गलबात हुई वो कहते भी चलो सरपंची तो जो एक मेरा वाड़ा चक्कर सी इस दो आप चोणा कैंसल कर दें तो बाकी चोणा हो पर बाद जो फिर पिंड वाले ने राय की यही आए भी सारिया यही चोणा पर संपूर्ण तौर पर कैंसल कीतिया जान क्योंकि कुछ लोग वोट पा के चुके पा चुके सी किसी के वार्ड चो घट पई सी किसी चो वध पई सी जे आ रख रही अगे शायद कोई दिक्कत आँगी सो इस करके पूर्ण तौर पर बंद करता हूँ जो अगर प्रशासन नवी डेटा देगा जो जिस तरह भी होगा चाहे दुआरे कागज भरने पड़ने जो भी होगा हम उस चीज़ में फॉलो करा तो अगर देखा तो बाकी गल ही हो रही है अभी उसके बाद मीटिंग बड़ा एस डी एम साहब तहसीलदार मिल रहे हैं जी सब अगर जो होगा फिर देखेंगे की कहोगे भाई दो दो घंटे है जी चोन चलती रही इस तो बाद रद्द करती किसी को पता ही नहीं लगे भी बैल्ट पेपर का वो है ना भाई जी इस बारे सानू कोई जानकारी नहीं दी गई ना ही सानू सवेरे बैल्ट पेपर दिखाया गया सानू जो दो घंटे बाद जो एक साडा बंदा कोई वोट पा के गया तो उन्हें बाहर जाके जो सूचित किया तो उस तो बाद सानू पता चला तो हुण सारी चोन है जी दोबारा होनी हाँ जी हाँ दोबारा बिल्कुल पिंड वासियों का कहना है कि दो घंटे है जी चोन लगातार चलती रही जो एक व्यक्ति को पता लग्या कि बैल्ट पेपर के गड़बड़ी है तो प्रशासन को सूचित किया गया जिस तो बाद चोन एक बार है जी मुलतवी कर दी हुण दोबारा तो नवीं तरीकों का ऐलान होगा।